ਪੰਜਾਬ ਵਿੱਚ ਨਸ਼ੇ ਨੇ ਅਨੇਕਾਂ ਨੌਜਵਾਨਾਂ ਦੀ ਜਾਨ ਲੈ ਲਈ। ਹੁਣ ਇਸ ਨਸ਼ੇ ਨੇ ਕੁਝ ਕਬੱਡੀ ਖਿਡਾਰੀਆਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਹੈ। ਕਬੱਡੀ ਪਲੇਅਰਾਂ ਵੱਲੋਂ ਆਪਣੀ ਖੇਡ ਨੂੰ ਵਧੀਆ ਅਤੇ ਜਲਦੀ ਮਸ਼ਹੂਰ ਹੋਣ ਲਈ ਨਸ਼ੇ ਅਤੇ ਸਟੀਰਾਇਡ ਦੀ ਵਰਤੋਂ ਕੀਤੀ ਜਾਂਦੀ ਹੈ। ਨਸ਼ੇ ਅਤੇ ਸਟੀਰਾਇਡ ਕਾਰਨ ਲਈ ਕਬੱਡੀ ਖਿਡਾਰੀ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪਿਆ। ਹੁਣ ਪੰਜਾਬ ਦੇ ਕਬੱਡੀ ਕੋਚਾਂ ਨੇ ਖਿਡਾਰੀਆਂ ਨੂੰ ਬਚਾਉਣ ਦੇ ਲਈ ਪਲੇਅਰ ਬਚਾਓ ਮੁਹਿੰਮ ਨੂੰ ਆਰੰਭ ਕੀਤਾ ਹੈ, ਜਿਸ ਦੇ ਤਹਿਤ ਕਬੱਡੀ ਖਿਡਾਰੀਆਂ ਨੂੰ ਵਧੀਆ ਖੁਰਾਕ ਬਾਰੇ ਅਤੇ ਸਟੀਰਾਇਡ ਦੇ ਮਾੜੇ ਅਸਰ ਜਾਣੂ ਕਰਵਾਇਆ ਜਾਵੇਗਾ। ਕਬੱਡੀ ਕੋਚਾਂ ਨੇ ਕਿਹਾ ਹੈ ਕਿ ਕੁਝ ਪ੍ਰਮੋਟਰ ਆਪਣੀਆਂ ਟੀਮਾਂ ਨੂੰ ਵਧੀਆ ਦਿਖਾਉਣ ਦੇ ਲਈ ਖਿਡਾਰੀਆਂ ਦੇ ਜੀਵਨ ਦੇ ਨਾਲ ਖਿਲਵਾੜ ਕਰਦੇ ਹਨ। ਕਬੱਡੀ ਸਾਡੀ ਮਾਂ ਬੋਲੀ ਖੇਡ ਹੈ ਅਤੇ ਜਿਸ ਨੂੰ ਪੰਜਾਬ ਲਈ ਸਾਨੂੰ ਇੱਕ ਹੋ ਕੇ ਅੱਗੇ ਆਉਣਾ ਪਵੇਗਾ। ਮੱਖਣ ਸਿੰਘ DP ਨੇ ਦੱਸਿਆ ਹੈ ਕਿ ਪੰਜਾਬ ਦੇ ਕੁਝ ਕਬੱਡੀ ਖਿਡਾਰੀ ਵੀ ਵੱਡੇ ਪੱਧਰ 'ਤੇ ਨਸ਼ੇ ਦੇ ਆਦੀ ਹੋ ਚੁੱਕੇ ਹਨ। ਕਬੱਡੀ ਖਿਡਾਰੀ ਵੱਲੋਂ ਖੁਰਾਕ ਨਾਲੋਂ ਵੱਧ ਪ੍ਰੋਟੀਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਪ੍ਰੋਟੀਨ ਦੇ ਵੱਧ ਸੇਵਨ ਦੇ ਨਾਲ ਕਈ ਕਬੱਡੀ ਖਿਡਾਰੀਆਂ ਦੀ ਮੌਤ ਵੀ ਹੋ ਚੁੱਕੀ ਹੈ। ਅੱਜ ਜ਼ਿਆਦਾਤਰ ਕਬੱਡੀ ਖਿਡਾਰੀ ਜਲਦੀ ਤੋਂ ਜਲਦੀ ਮਸ਼ਹੂਰ ਹੋਣ ਦੇ ਲਈ ਪ੍ਰੋਟੀਨ ਦਾ ਇਸਤੇਮਾਲ ਕਰ ਰਹੇ ਹਨ, ਜਿਸ ਨੂੰ ਦੇਖਦੇ ਹੋਏ ਖਿਡਾਰੀ ਬਚਾਓ ਮੁਹਿੰਮ ਅਧੀਨ ਇੱਕ ਕਾਲ ਦਿੱਤੀ ਗਈ ਹੈ, ਜਿਸ ਵਿੱਚ ਮੱਖਣ ਸਿੰਘ ਨੇ ਕਬੱਡੀ ਖਿਡਾਰੀਆਂ ਦੀਆਂ ਹੋ ਰਹੀਆਂ ਮੌਤਾਂ ਨੂੰ ਉੱਤੇ ਚਿੰਤਾ ਜ਼ਾਹਰ ਕੀਤੀ ਹੈ। ਸਰ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਜਗਤਾਰ ਸਿੰਘ ਧਨੌਲਾ। ਕਿੱਥੋਂ ਆਏ? ਧਨੌਲਾ ਹੀ ਪਿੰਡ ਹੈ ਜੀ ਮੇਰਾ। ਅੱਜ ਸਰ ਮੀਟਿੰਗ ਬੁੱਢੀ ਗਈ ਹੈ ਇੱਕ ਸ਼ਾਹੀ ਸਪੋਰਟਸ ਕਾਲਜ ਵਿੱਚ, ਕਿਸ ਸੰਬੰਧ 'ਚ ਕੀਤੀ ਗਈ ਹੈ? ਤੇ ਕਾਫੀ ਕੋਚਾਂ ਨੇ ਤੇ ਨਵੇਂ ਕੋਚਾਂ ਨੇ ਤਿਆਰ ਹੋ ਕੇ ਗੱਲ ਕੀਤੀ ਸੀ ਵੀ ਕਬੱਡੀ ਵਿੱਚ ਕਾਫੀ ਜਿੱਦਾਂ ਮੁੰਡਿਆਂ ਦੀ ਡੈਥ ਹੋ ਚੁੱਕੀ ਹੈ, ਉਹ ਸੋਚਦੇ ਆ ਵੀ ਉਹ ਸਟੀਰਾਇਡ ਵਗੈਰਾ ਲਾ ਕੇ ਖੇਡਦੇ ਆ, ਵੀ ਉਹਦੇ ਨਾਲ ਹਾਰਟ ਅਟੈਕ ਵਗੈਰਾ ਹੋ ਰਹੇ ਆ, ਵੀ ਕੋਈ ਉਪਰਾਲਾ ਕੀਤਾ ਜਾਵੇ ਵੀ ਇਹਦੇ ਵਿੱਚੋਂ ਕਬੱਡੀ 'ਚੋਂ ਆਪਾਂ ਸਟੀਰਾਇਡ ਵਗੈਰਾ ਜਾਂ ਕੋਈ ਹੋਰ ਪਲੇਅਰ ਨਸ਼ਾ ਕਰਕੇ ਖੇਡਦਾ, ਵੀ ਉਹਨੂੰ ਕੰਟਰੋਲ ਕੀਤਾ ਜਾਵੇ, ਨਵੇਂ ਸਿਰੇ ਤੋਂ ਕਬੱਡੀ ਦੀ ਸ਼ੁਰੂਆਤ ਕੀਤੀ ਜਾਵੇ, ਜਿਹੜੇ ਨਵੇਂ ਪਲੇਅਰ ਉੱਠ ਰਹੇ ਹੈ ਵੀ ਉਹਨਾਂ ਨੂੰ ਕਿਸੇ ਤਰੀਕੇ ਨਾਲ ਆਪਾਂ ਤਿਆਰ ਕਰੀਏ ਵੀ ਉਹ ਇਸ ਪਾਸੇ ਨੂੰ ਨਾ ਜਾਣ। ਸਟੀਰਾਇਡ ਲੈਣ ਦਾ ਕਾਰਨ ਕੀ ਹੁੰਦਾ ਜੀ? ਬੋਡੀ ਦੇ ਵਿੱਚ ਕੀ ਹੁੰਦਾ ਸਟੀਰਾਇਡ ਲੈਣ ਦਾ? ਸਟੀਰਾਇਡ ਦਾ ਇਹ ਹੁੰਦਾ ਬਈ ਇਹ ਪਾਵਰ ਵਾਸਤੇ ਲੈ ਰਹੇ ਹਾਂ ਪਲੇਅਰ, ਪਰ ਇਹਦੇ ਸਾਈਡ ਇਫੈਕਟ ਬਹੁਤ ਜ਼ਿਆਦਾ ਹੁੰਦੇ ਹੈ। ਬਿਹਤਰ ਤਾਂ ਇਹਦੇ ਬਾਰੇ ਡਾਕਟਰ ਦੱਸ ਸਕਦੇ ਆ, ਸਾਨੂੰ ਤਾਂ ਜਿੱਦਾਂ ਮੋਟਾ ਮੋਟਾ ਪਤਾ ਵੀ ਇਹਦੇ ਨਾਲ ਆਪਾਂ ਨੂੰ ਕਿਡਨੀਆਂ ਡੈਮੇਜ ਹੋ ਸਕਦੀਆਂ, ਲੀਵਰ 'ਤੇ ਨੁਕਸ ਪੈ ਸਕਦਾ ਅਤੇ ਹੋਰ ਤੁਹਾਡੇ ਜਿਵੇਂ ਕਹਿ ਲਈਏ ਕਾਫੀ ਪ੍ਰੋਬਲਮ ਆ ਸਕਦੀ ਆ ਤੁਹਾਡੀ ਆਉਣ ਵਾਲੀ, ਜਦ ਤੁਸੀਂ ਥੋੜ੍ਹੀ ਜਿਹੀ ਏਜ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਜਾ ਕੇ ਹੋਰ ਵੀ ਕਈ ਸਮੱਸਿਆ ਆ ਸਕਦੀਆਂ ਤੁਹਾਡੀ ਬੋਡੀ 'ਤੇ। ਬਹੁਤ ਜ਼ਿਆਦਾ ਅਵੇਅਰਨੈਸ ਦੀ ਘੱਟ ਹੈ ਅਤੇ ਬਾਕੀ ਪਲੇਅਰ ਪਤਾ ਨਹੀਂ ਕੀ ਗੱਲ ਹੈ ਵੀ ਉਹ ਇਸ ਪਾਸੇ ਨੂੰ ਹੋਏ ਹੋਏ ਬਹੁਤ ਸਟੀਰਾਇਡ ਵਾਲੇ ਪਾਸੇ ਨੂੰ, ਕਿਉਂਕਿ ਪਲੇਅਰ ਬਣਨ ਵਾਸਤੇ ਨਹੀਂ ਤੁਹਾਨੂੰ ਬਹੁਤ ਹਾਰਡ ਵਰਕ ਕਰਨਾ ਪੈਂਦਾ। ਅੱਜ ਕੱਲ੍ਹ ਪਤਾ ਨਹੀਂ ਜ਼ਮਾਨਾ ਹੀ ਮਾਡਰਨ ਹੋ ਗਿਆ, ਕੋਈ ਹਾਰਡ ਵਰਕ ਕਰਕੇ ਰਾਜ਼ੀ ਨਹੀਂ ਹੈਗਾ, ਅਤੇ ਤੁਸੀਂ ਗਰਾਊਂਡ ਦਾ ਹਾਰਡ ਵਰਕ ਕਰਦੇ ਆ ਤਾਂ ਤੁਸੀਂ ਜਾ ਕੇ ਕਈ ਸਾਲਾਂ 'ਚ ਪਲੇਅਰ ਬਣਦੇ ਆ। ਸਰ, ਕੀ ਨਾਮ? ਮੱਖਣ ਸਿੰਘ DP 'ਚ ਰੱਖੀ। ਸਰ, ਅੱਜ ਸ਼ਾਹੀ ਸਪੋਰਟਸ ਕਾਲਜ ਕੋਚਸ ਦੀ ਮੀਟਿੰਗ ਹੋ ਰਹੀ ਹੈ, ਕਿਸ ਸੰਬੰਧੀ ਹੋ ਰਹੀ ਹੈ? ਇਹ ਰਾਣਾ ਧਾਮੀ ਦੇ ਸੱਦੇ ਦੇ ਉੱਤੇ ਪਲੇਅਰ ਬਚਾਓ ਮੂਵ ਦੇ ਅਧੀਨ ਇੱਕ ਕਾਲ ਦਿੱਤੀ ਗਈ ਹੈ ਅਤੇ ਕਬੱਡੀ ਦੇ ਵਿੱਚ ਕਬੱਡੀ ਖਿਡਾਰੀਆਂ ਦੀਆਂ ਹੋ ਰਹੀਆਂ ਮੁਕਤਾਂ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿ ਇਸ ਕੰਮ ਨੂੰ ਕਿਵੇਂ ਰੋਕਿਆ ਜਾਵੇ, ਕਬੱਡੀ ਨੂੰ ਕਲੀਨ ਕਿਵੇਂ ਕੀਤਾ ਜਾਵੇ, ਉਸ ਸੰਬੰਧ ਦੇ ਵਿੱਚ ਮੀਟਿੰਗ ਕਾਲ ਕੀਤੀ। ਇਹ ਜ਼ਿਆਦਾਤਰ ਕਾਰਨ ਜਿਹੜੇ ਆ ਸਟੀਰਾਇਡ ਜਾਂ ਨਸ਼ਾ ਜੀ। ਇਹਨੂੰ ਸਰ ਕਿਵੇਂ ਖਤਮ ਕਿਵੇਂ ਕਰੋਗੇ? ਦੇਖੋ ਜੀ, ਇਹਨੂੰ ਖਤਮ ਕਰਨ ਵਾਸਤੇ ਕਾਫੀ ਯਤਨ ਕੀਤੇ ਗਏ ਆ, ਇਹ ਨਾ ਤਾਂ ਇੱਕ ਦਿਨ ਆਇਆ ਅਤੇ ਨਾ ਹੀ ਇੱਕ ਦਿਨ ਖਤਮ ਹੋਇਆ, ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਇਹ ਖਤਮ ਨਹੀਂ ਹੋ ਸਕਦਾ, ਜੇ ਅਸੀਂ ਕੋਸ਼ਿਸ਼ ਕਰਾਂਗੇ ਤਾਂ ਖਤਮ ਹੋਊਗਾ। ਇਹਦੇ ਵਾਸਤੇ ਕੋਸ਼ਿਸ਼ ਪਹਿਲਾਂ ਪੰਜਾਬ ਕਬੱਡੀ ਫੈਡਰੇਸ਼ਨ, ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਅਤੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਨੇ ਕੀਤੀ ਹੈ, ਬਹੁਤ ਵਾਰ ਟੈਸਟ ਟੁਸਟ ਕਰਵਾਏ ਆ, ਪਰ ਕਈ ਵਾਰ ਕਈਆਂ ਗੱਲਾਂ ਦੇ ਉੱਤੇ ਬਾਹਰਲੀਆਂ ਫੈਡਰੇਸ਼ਨਾਂ ਦੀ ਸਹਿਮਤੀ ਨਾ ਹੋਣ ਕਾਰਨ ਇਹ ਦੁਬਾਰਾ ਫਿਰ ਚੱਲ ਪੈਂਦੀ ਹੈ, ਕਿਉਂਕਿ ਕਬੱਡੀ ਦਾ ਖਿਲਾਰਾ ਇੱਕ ਬਹੁਤ ਵੱਡਾ ਵਰਲਡ ਲੈਵਲ ਦੇ ਉੱਤੇ ਵੱਡਾ ਹੈ ਅਤੇ ਵਰਲਡ ਲੈਵਲ ਦੇ ਉੱਤੇ ਕਬੱਡੀ ਕਰਵਾਉਣ ਵਾਲਿਆਂ ਦਾ ਕਬੱਡੀ ਫੈਡਰੇਸ਼ਨ ਦਾ ਜਿਹੜਾ ਇੱਕ ਪਲੇਟਫਾਰਮ ਨਹੀਂ ਬਣ ਰਿਹਾ, ਜਿਸ ਕਰਕੇ ਇਹ ਕੰਟਰੋਲ ਨਹੀਂ ਹੋ ਰਿਹਾ। ਦੇਖੋ ਜੀ, ਕਿਸੇ ਇੱਕ ਨੂੰ ਦੋਸ਼ ਨਹੀਂ ਦੇ ਸਕਦੇ ਵੀ ਕਿਹਦਾ ਹੱਥ ਹੈ ਅਤੇ ਕਿਹਦਾ ਨਹੀਂ। ਜਿੰਨੇ ਵੀ ਕਬੱਡੀ ਨਾਲ ਰਿਲੇਟਡ ਬੰਦੇ ਆ ਨਾ, ਜਿੰਨੇ ਵੀ ਉਹ ਇੱਕ ਦੂਜੇ ਦੇ ਉੱਤੇ ਚਿੱਕੜ ਨਾ ਸੁੱਟਣ, ਉਹ ਸਾਰੀ ਜ਼ਿੰਮੇਵਾਰ ਹੈ, ਕਿਉਂਕਿ ਜਦ ਅਸੀਂ ਕਬੱਡੀ ਨੂੰ ਅਸੀਂ ਮਾਂ ਖੇਡ ਕਹਿੰਦੇ ਹਾਂ
ਜਨਪਰਾ ਦੇ ਵਿੱਚ ਕੰਮ ਕਰਦੇ ਹਾਂ। ਜੇ ਇਹਦੀ ਨੇਕੀ ਵਾਸਤੇ ਇਹਦੇ ਚੰਗੇ ਗੁਣਾਂ ਦੀ ਚੰਗਿਆਈ ਦਾ ਐਵਜ ਲੈਣ ਨੂੰ ਅਸੀਂ ਭੱਜ ਕੇ ਮੂਹਰੇ ਹੁੰਦੇ ਹਾਂ ਅਤੇ ਜਿਹੜੀਆਂ ਇਹਦੀਆਂ ਬੁਰਾਈਆਂ ਉਹਦੀ ਜ਼ਿੰਮੇਵਾਰ ਵੀ ਅਸੀਂ ਸਾਰੀਆਂ। ਮੇਰਾ ਨਾਮ ਜਸਵੀਰ ਸਿੰਘ ਸੀਰਾ, ਪਿੰਡ ਵਿਹੜਾ ਜਰਗੜੀ ਆ। ਅਤੇ ਅੱਜ ਮੀਟਿੰਗ ਕੀਤੀ ਗਈ ਹੈ ਸ਼ਾਹੀ ਸਪੋਰਟਸ ਕਾਲਜ ਦੇ ਕੋਚਾਂ ਵੱਲੋਂ, ਇਹ ਕਿਸ ਸੰਬੰਧੀ ਮੀਟਿੰਗ? ਸੰਬੰਧੀ ਨਸ਼ਾ ਰਹਿਤ ਵੀ ਕਬੱਡੀ ਹੋ ਜਾਵੇ ਉਹਦੇ ਵਾਸਤੇ ਮੀਟਿੰਗ ਕਰੀ ਆ। ਅਤੇ ਅਸੀਂ ਆਪਦੀ ਵੀ ਲੀਗ ਚਲਾਈ ਆ ਅਤੇ ਉਹਦੇ ਵਿੱਚ ਵੀ ਅਸੀਂ ਇਹ ਨਵੇਂ ਮੁੰਡਿਆਂ ਨੂੰ ਮੌਕਾ ਦੇ ਰਹੇ ਹਾਂ ਵੀ ਇੰਟਰਨੈਸ਼ਨਲ ਪਲੇਅਰ ਅਸੀਂ ਕੋਈ ਖਿਲਾਉਣਾ ਨਹੀਂ ਹੈਗਾ। ਅਤੇ ਜਿਹੜੇ ਨਵੇਂ ਬੱਚੇ ਨਵੇਂ ਉੱਠਣ ਉਹਨਾਂ ਕਰਕੇ ਅਸੀਂ ਉਪਰਾਲਾ ਕਰ ਰਹੇ ਹਾਂ। ਕੋਚ ਤਾਂ ਵੀ ਮੱਖਣ ਸਾਹਿਬ ਨੇ ਚੜਕ ਵਾਲੇ ਜੀ, ਠੀਕ ਆ ਜੀ, ਜਗਤਾਰ ਬਾਈ ਨੇ ਧਲੋਲੇ ਤੋਂ ਬਾਈ ਜੀ, ਹੈ ਨਾ। ਅਤੇ ਬੰਦੇ ਕਾਫੀ ਥੋੜ੍ਹੀ ਤਬੀਅਤ ਠੀਕ ਨਹੀਂ ਹੈਗੀ, ਬੋਲਿਆ ਘੱਟ ਜਾਂਦਾ। ਇਹਨੂੰ ਰੋਕਿਆ ਕਿਵੇਂ ਜਾ ਸਕਦਾ ਨਸ਼ੇ ਨੂੰ ਕਬੱਡੀ ਜੋ, ਕਿਉਂਕਿ ਅੱਜ ਤੋਂ 20 ਸਾਲ ਪਹਿਲਾਂ ਕਬੱਡੀ ਬਿਲਕੁਲ ਸਾਫ ਹੁੰਦੀ ਸੀ। ਹਾਂਜੀ, ਜਿਹੜਾ ਨਸ਼ਾ ਵਧਾਇਆ ਵੀ ਹੈ ਨਾ, ਜ਼ਿਆਦਾ ਪ੍ਰੈਜ ਹੋਣ ਲੱਗ ਗਏ ਪਿੰਡਾਂ ਦੇ ਵਿੱਚ, ਨਾਮ ਜ਼ਿਆਦਾ ਹੋਣ ਲੱਗ ਗਏ, ਉਹਨੇ ਉਹਦੇ ਨਾਲ ਨਸ਼ਾ ਵਧਿਆ। ਕਿਉਂਕਿ ਹੁਣ ਜਿੱਦਾਂ ਅਸੀਂ ਲੀਗ ਚਲਾ ਰਹੇ ਹਾਂ, ਅਸੀਂ ਉਹਦੇ 'ਚ ਕੀ ਕੀਤਾ, ਅਸੀਂ ਪ੍ਰਾਈਜ ਜੇ ਮੰਨ ਕੇ ਚਲੋ 25,000 ਰੱਖ ਰਹੇ ਹਾਂ, 20,000 ਸੈਕਿੰਡ ਨੂੰ, ਅਤੇ ਜਿਹੜੇ ਪਾਰਟੀਸਪੇਟ ਨੇ ਜਿੰਨੀਆਂ ਵੀ ਟੀਮਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਕਿਸੇ ਨੂੰ 2,000, ਕਿਸੇ ਨੂੰ 1,500, 2,500, ਉਹ ਸਾਰਿਆਂ ਨੂੰ ਦੇਣ ਦੇ ਪੈਸੇ। ਕਿਉਂਕਿ ਜਦੋਂ ਆਪਾਂ ਛੋਟੇ ਲੈਵਲ 'ਤੇ ਮੈਚ ਕਰਾਵਾਂਗੇ ਨਾ, ਪਹਿਲਾਂ ਵਾਂਗ ਜਿਕਣ ਪਹਿਲਾਂ ਪਿੰਡਾਂ ਦੇ ਵਿੱਚ ਹੁੰਦੇ ਸੀਗੇ, ਅਤੇ ਆਪੇ ਨਸ਼ਾ ਤਾਂ ਰਹਿਤ ਹੋਊਗਾ ਹੀ ਹੋਊਗਾ ਜੀ। ਅਸੀਂ ਤਾਂ ਜੀ ਕੋਸ਼ਿਸ਼ ਕਰ ਰਹੇ ਹਾਂ, ਚਲੋ 20 ਸਾਲ ਮੈਂ ਵੀ ਕਬੱਡੀ ਖੇਡੀ ਆ ਅਤੇ ਕੋਸ਼ਿਸ਼ ਕਰ ਰਹੇ ਹਾਂ ਵੀ ਨਸ਼ਾ ਨਾ ਆਵੇ, ਇਸ ਨੂੰ ਰਹਿਤ ਕਰਨ ਬਾਰੇ ਸੋਚ ਰਹੇ ਹਾਂ। ਬਹੁਤ ਜ਼ਿਆਦਾ ਉਪਰਾਲੇ ਕਰ ਰਹੇ ਹਾਂ ਪਰ ਉਪਰਾਲੇ ਸਾਡੇ ਨਾਕਾਮ ਹੋਈ ਜਾਂਦੇ ਨੇ। ਪਰ ਅਸੀਂ ਕਾਰਨ ਕੀ ਆ, ਮਤਲਬ ਜਿਹੜੇ ਪਲੇਅਰ ਨੇ ਉਹ ਚਾਹੁੰਦੇ ਨੇ ਕਿ ਅਸੀਂ 1,00,000 ਵੀ ਦੋ ਸਾਲ 'ਚ ਸਟਾਰ ਹੋ ਜਾਈਏ, ਵੱਡੇ ਬਣ ਜਾਈਏ। ਅਤੇ ਅਸੀਂ ਮੰਨ ਲਓ ਵੀ ਕੋਈ ਸਾਨੂੰ ਕੈਨੇਡਾ ਬੁਲਾਵੇ, ਅਮੈਰੀਕਾ ਬੁਲਾਵੇ, ਜਾਂ ਸਾਨੂੰ ਯੂਰਪ ਮੈਚ ਖੇਡਣ ਨੂੰ ਮਿਲਣ, ਇਸ ਕਰਕੇ ਨਸ਼ਾ ਵੱਧ ਰਿਹਾ ਜੀ ਜ਼ਿਆਦਾ।